ਨਹੀਂ ਵਿਅਕਤੀ ਇਹਦੇ ਕਾਲੀ ਟੀ ਸ਼ਰਟ ਹੈ, ਨੀਲੀ ਜੀਨ ਦੀ ਪੈਂਟ ਹੈ, ਬੂਟ ਪਾਏ ਹੋਏ ਹੈ। ਇਹ ਸਾਧਾਂ ਵਾਲੀ ਬਸਤੀ ਦੇ ਵਿੱਚ ਪਿਆ, ਮਰ ਚੁੱਕਿਆ ਇਹ। ਇਹ ਅਸੀਂ ਸਿਵਲ ਹੌਸਪੀਟਲ ਵਿੱਚ 72 ਘੰਟੇ ਲਈ ਰੱਖੇ ਚੱਲੇ ਹੈ, ਹਾਲੇ ਤੱਕ ਤਾਂ ਲਵਾਰਸ ਹੈ। ਔਰ ਜੇ ਇਹਦੇ ਕਿਤੇ ਵਾਰਸ ਟਰੇਸ ਆਉਣ ਜਾਂ CT2 ਨੂੰ ਅਤੇ ਜਾਂ ਸਮਾਜ ਸੇਵਾ ਸੈਟੀ ਨੂੰ ਸੰਪਰਕ ਕਰ ਸਕਦਾ, ਇਹਦੀ ਸ਼ਨਾਖਸ਼ ਹੋ ਜੇ ਅਤੇ ਸ਼ਨਾਖਸ਼ ਕਰਕੇ ਇਹਦੀ ਜਿਹੜੀ ਮਿੱਟੀ ਹੈ ਚੌਂਕੀ ਜਾ ਸਕੇ। ਮਾਸੀ ਦਾ ਮੁੰਡਾ ਜੀ, ਮਤਲਬ ਮੇਰੇ ਦਾ। ਕਿੱਥੇ ਰਹਿੰਦਾ ਸੀਗਾ ਅਤੇ ਇੱਥੇ ਡੈਥ ਕਿਸ ਤਰ੍ਹਾਂ ਹੋਈ ਹੈ? ਉਹ ਜੀ ਬਠਿੰਡੇ ਰਹਿੰਦਾ ਸੀ, ਸਾਡੇ ਕੋਲ ਵੈਸੇ ਆਇਆ ਹੋਇਆ ਸੀ, ਕੰਮ ਕੁੰਮ ਕਰਦਾ ਜੀ, ਜਿੰਮ ਡੇਲੀ ਜਾਂਦਾ ਸੀ, ਆਉਂਦਾ ਸੀ, ਬਟ ਸਾਨੂੰ ਇਹ ਨਹੀਂ ਪਤਾ ਜੀ ਉਹ ਨਸ਼ੇ ਕਰਦਾ ਜੀ ਕਿ ਨਹੀਂ ਕਰਦਾ। ਪਰ ਮੋਟਰਸਾਈਕਲ ਦੇ ਵਿੱਚੋਂ ਜਿਹੜੇ ਇਹਦੀ RC ਵਗੈਰਾ ਨਿਕਲੀ, ਉਹ ਸਨੀ ਦੇ ਨਾਂ 'ਤੇ ਨਿਕਲੀ, ਸਨੀ ਕੌਣ? ਉਹ ਜੀ ਹੁਣ ਮਾਸੀ ਦਾ ਮੁੰਡਾ ਜੀ, ਹੁਣ ਸ਼ਾਮ ਨੂੰ ਮੰਗ ਕੇ ਲੈ ਜਾਂਦਾ ਜੀ ਮੋਟਰਸਾਈਕਲ ਕਿ ਮੈਂ ਜਾਣਾ ਵਾ, ਜਿੰਮ ਜਾਣਾ ਵਾ, ਦੇ ਦੇ ਮੈਨੂੰ। 3-4 ਮਹੀਨੇ ਵਧੀਆ ਰਿਹਾ, ਵਧੀਆ ਆਉਂਦਾ ਰਿਹਾ, ਵਧੀਆ ਜਾਂਦਾ ਰਿਹਾ, ਕੋਈ ਇੱਦਾਂ ਦੀ ਦਿੱਕਤ ਵਾਲੀ ਗੱਲ ਨਹੀਂ। ਉਹਦਾ ਕੀ ਨਾਂ ਸੀ? ਉਹਦਾ ਨਾਮ ਰੋਹਿਤ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਗੁੰਮ ਹੋਣ ਦੇ ਲਈ ਰਿਪੋਰਟ ਵਗੈਰਾ ਲਗਾਈ ਸੀ ਤੁਸੀਂ ਕੋਈ? ਨਹੀਂ ਜੀ, ਤਾਂ ਸਵੇਰ ਸਾਨੂੰ ਪਤਾ ਲੱਗਿਆ, ਸਰ ਨੇ ਫੋਨ ਲਾਇਆ ਇੱਥੇ ਥਾਣੇ। ਕਦੋਂ ਦਾ ਮਿਸਿੰਗ, ਕਦੋਂ ਦਾ, ਘਰ ਤੋਂ ਕਦੋਂ ਦਾ ਗਏ? ਕੱਲ ਰਾਤ ਦਾ ਹੀ ਆ। ਤੁਹਾਨੂੰ ਸਵੇਰੇ ਪਤਾ ਲੱਗਦਾ? ਹਾਂਜੀ। ਹੁਣ ਤੁਸੀਂ ਥਾਣੇ ਪਹੁੰਚੇ ਆ, ਕੀ ਕਹਿੰਦੇ ਤੁਹਾਨੂੰ ਅਧਿਕਾਰੀ? ਇਹ ਕਹਿੰਦੇ ਕੋਈ ਨਹੀਂ, ਜਲਦੀ ਜਲਦੀ ਕਾਰਵਾਈ ਕਰਾਂਗੇ। ਨਸ਼ਾ ਕੀਤਾ ਹੋਇਆ ਵੈਸੇ ਉਹਦਾ? ਹੁਣ ਇਹ ਨਹੀਂ ਪਤਾ ਸਰ, ਨਸ਼ਾ ਕੀਤਾ ਹੋਇਆ ਕਿ ਕੀ ਕੀਤਾ ਹੋਇਆ ਸੀ। ਪਹਿਲਾਂ ਨਸ਼ੇ ਨੁਸ਼ੇ ਕਰਦਾ ਸੀ? ਪਹਿਲਾਂ ਨਸ਼ੇ ਦਾ ਨਹੀਂ ਪਤਾ ਸੀ, ਉਹ ਵਧੀਆ ਜਿੰਮ ਜਾਂਦਾ ਸੀ, ਵਧੀਆ ਆਉਂਦਾ ਸੀ, ਮੁੰਡਾ ਬਹੁਤ ਵਧੀਆ ਸੀ ਮਤਲਬ। ਪਰ ਮੁਹੱਲੇ ਵਾਲਿਆਂ ਦੇ ਕਹਿਣ ਦੇ ਮੁਤਾਬਕ ਜਿਹੜਾ ਹੈਗਾ, ਕਹਿੰਦੇ ਵੀ ਜਿਹੜਾ ਨਸ਼ੇ ਦੇ ਓਵਰਡੋਜ਼ ਨਾਲ ਉਹਦੀ ਮੌਤ ਹੋਈ ਹੈ। ਹੁਣ ਇਹ ਨਹੀਂ ਪਤਾ ਸਰ, ਉਹ ਨਸ਼ੇ ਕਰਦਾ ਜਾਂ ਨਹੀਂ ਕਰਦਾ ਜੀ। ਤੁਹਾਨੂੰ ਕੀ ਲੱਗਦਾ ਕੋਈ ਹੈ ਕਿਸੇ ਨਾਲ ਦੁਸ਼ਮਣੀ ਸੀਗੀ? ਨਹੀਂ ਨਹੀਂ, ਦੁਸ਼ਮਣੀ ਤਾਂ ਕਿਸੇ ਨਾਲ ਨਹੀਂ ਸੀ, ਤਾਂ ਬੰਦਾ ਹੀ ਬਹੁਤ ਵਧੀਆ ਸੀ। ਸਾਨੂੰ ਸੁਬਹ ਇਨਫੋਰਮੇਸ਼ਨ ਮਿਲੀ ਸੀ ਵੀ ਉੱਥੇ ਇੱਕ ਸਾਧਾਰਣੀ ਬਸਤੀ ਜਿਹੜਾ ਡੰਪ ਹੈਗਾ, ਉੱਥੇ ਇੱਕ ਅਣਪਛਾਤੀ ਡੈਡ ਬਾਡੀ ਪਈ ਆ। ਜਿੱਥੇ ਮੈਂ ਆਪਦੀ ਪਾਰਟੀ ਨਾਲ ਮੌਕੇ 'ਤੇ ਜਾ ਕੇ ਦੇਖਿਆ ਤਾਂ ਜਿਸ ਦਾ ਇੱਕ ਮੋਟਰਸਾਈਕਲ ਵੀ ਮਿਲਿਆ, ਜਿਸ ਵਿੱਚੋਂ ਸਨੀ ਨਾਂ ਦੇ ਲੜਕੇ ਦੇ ਕੋਈ ਡਰਾਈਵਿੰਗ ਲਾਇਸੈਂਸ ਮਿਲਿਆ। ਤੁਹਾਨੂੰ ਸਾਨੂੰ ਹੁਣ ਪਤਾ ਲੱਗਾ ਵੀ ਇਹ ਕੋਈ ਰੋਹਿਤ ਨਾਂ ਦਾ ਲੜਕਾ ਇੱਥੇ ਆਪਣੀ ਮਾਸੀ ਕੋਲ ਰਹਿ ਰਿਹਾ ਸੀ, ਚੜਕ ਰੋਡ 'ਤੇ, ਜਿਹੜਾ ਇਹਦਾ ਮੋਟਰਸਾਈਕਲ ਦਾ ਐਡਰੈਸ ਸੀ। ਅੱਗੇ ਅਸੀਂ ਵੈਰੀਫਾਈ ਕਰ ਰਹੇ ਹਾਂ, ਲਾਸ਼ ਨੂੰ ਅਸੀਂ ਡੈਡ ਅਫਸਰ ਰਖਵਾ ਦਿੱਤਾ। ਆਫਟਰ ਪੋਸਟਮਾਰਟਮ ਜਿਹੜੇ ਵੀ ਹਾਲਾਤ ਹੋਣਗੇ ਅਸੀਂ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੇ। ਪੇਰੈਂਟਸ ਨਾਲ ਗੱਲਬਾਤ ਹੋਈ, ਉਹ ਬਠਿੰਡੋਂ ਚੱਲੇ ਗਏ ਜੀ, ਫੋਨ 'ਤੇ ਗੱਲ ਹੋਈ ਗਈ ਉਹਨੂੰ। ਨਹੀਂ, ਹਜੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਹਮਣੇ ਆਈ। ਆਫਟਰ ਪੋਸਟਮਾਰਟਮ ਜੋ ਵੀ ਪਤਾ ਲੱਗੂਗਾ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ। ਨਹੀਂ, ਜਿਹੜਾ ਉਹਦਾ ਮਾਸੀ ਦਾ ਲੜਕਾ ਸਨੀ, ਉਹ ਕਹਿੰਦਾ ਸੀ ਵੀ ਤਾਂ ਡੇਲੀ ਤਪਤੇਜ ਸਿੰਘ ਮਾਰਕੀਟ ਜਿੰਮ ਜੁਆਇਨ ਕੀਤਾ ਹੋਇਆ ਸੀ, ਉੱਥੇ ਐਕਸਰਸਾਈਜ਼ ਵਗੈਰਾ ਕਰਨ ਜਾਂਦਾ ਸੀ। ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ।